ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਬਰਨਾਲਾ ਅਤੇ ਗਿੱਦੜਬਾਹਾ ਦੀਆਂ ਜ਼ਿਮਨੀ ਚੋਣਾਂ ਦੇ ਲਈ ਵੱਡੇ ਐਲਾਨ ਜਿਹੜੇ ਕੀਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ। ਗਿੱਦੜਬਾਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੰਪੇਨ ਇੰਚਾਰਜ ਨਿਯੁਕਤ ਕਰ ਦਿੱਤਾ ਹੈ, ਭਾਵ ਉਹ ਸਾਰੇ ਹਲਕੇ ਦੇ ਵਿੱਚ ਪ੍ਰਚਾਰ ਕਿਸ ਤਰੀਕੇ ਦੇ ਨਾਲ ਕਰਨਾ ਹੈ, ਕਿੱਥੇ ਕਿੱਥੇ ਜਾਣਾ ਹੈ, ਕੀ ਕੀ ਕਰਨਾ ਹੈ, ਸਾਰਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਜੇ ਬਰਨਾਲਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਦੋ ਵੱਡੇ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਹੀਰਾ ਸਿੰਘ ਗਾਬੜੀਆ ਨੇ ਜਿਹੜੇ ਉਹ ਸ਼ਹਿਰੀ ਇਲਾਕੇ ਦੇ ਵਿੱਚ ਬਰਨਾਲਾ ਦੇ ਚੋਣ ਪ੍ਰਚਾਰ ਕਰਨਗੇ, ਅਤੇ ਉਹਨਾਂ ਤੋਂ ਇਲਾਵਾ ਇਕਬਾਲ ਸਿੰਘ ਝੂੰਦਾ ਨੂੰ ਬਰਨਾਲਾ ਦਿਹਾਤੀ ਹਲਕੇ ਦੇ ਲਈ ਹਲਕਾ ਇੰਚਾਰਜ ਜਿਹੜਾ ਹੈ ਕੰਪੇਨ ਦਾ ਨਿਯੁਕਤ ਕਰ ਦਿੱਤਾ ਗਿਆ। ਤਾਂ ਇਹ ਅਕਾਲੀ ਦਲ ਦੇ ਵੱਲੋਂ ਵੱਡੀਆਂ ਦੋ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਤਿੰਨ ਵੱਡੇ ਲੀਡਰਾਂ ਨੂੰ, ਇੱਕ ਬਰਨਾਲਾ, ਇੱਕ ਗਿੱਦੜਬਾਹਾ। ਜ਼ਿਮਨੀ ਚੋਣ ਨੂੰ ਲੈ ਕੇ ਇਹ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਦੋਵੇਂ ਸੀਟਾਂ ਬੜੇ ਵਕਾਰ ਵਾਲੀਆਂ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਦੇ ਵੀ ਚੋਣ ਨਹੀਂ ਜਿੱਤ ਸਕਿਆ, ਵਿਧਾਨ ਸਭਾ ਦੀ ਨਾ ਹੀ ਉਪ ਚੋਣ ਦੇ ਵਿੱਚ ਜਿੱਤਿਆ ਸੀ ਅਤੇ ਨਾ ਹੀ ਗਿੱਦੜਬਾਹਾ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਜਿੱਤ ਸਕਿਆ। ਤਾਂ ਇੱਥੇ ਹਰਸਿਮਰਤ ਕੌਰ ਬਾਦਲ ਗਿੱਦੜਬਾਹਾ ਤੋਂ ਚੋਣ ਇੰਚਾਰਜ ਜਿਹੜੇ ਬਣਾ ਦਿੱਤੇ ਗਏ ਨੇ ਕੰਪੇਨ ਦੇ, ਅਤੇ ਬਰਨਾਲਾ ਦੇ ਵਿੱਚ ਇੱਥੇ ਇਕਬਾਲ ਸਿੰਘ ਝੂੰਦਾ ਜੋ ਕਿ ਸੰਗਰੂਰ ਤੋਂ ਚੋਣ ਜਿਹੜੀ MP ਦੀ ਲੜ ਚੁੱਕੇ ਨੇ, ਇਹ ਬਰਨਾਲਾ ਵੀ ਉਸ ਦੇ ਵਿੱਚ ਆਉਂਦਾ ਸੀ, ਅਤੇ ਹੁਣ ਉਹਨਾਂ ਨੂੰ ਬਰਨਾਲਾ ਦਿਹਾਤੀ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਤੇ ਇਕਬਾਲ ਸਿੰਘ ਝੂੰਦਾ ਤੋਂ ਇਲਾਵਾ ਹੀਰਾ ਸਿੰਘ ਗਾਬੜੀਆ ਨੂੰ ਬਰਨਾਲਾ ਸ਼ਹਿਰੀ ਦੇ ਵਿੱਚ ਕੰਪੇਨ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ। ਕੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਲੀਡਰਾਂ ਨੂੰ ਇਹ ਜ਼ਿੰਮੇਵਾਰੀ ਦੇਣ ਤੋਂ ਬਾਅਦ ਇੱਥੇ ਚੰਗਾ ਪ੍ਰਦਰਸ਼ਨ ਕਰ ਸਕੇਗਾ, ਇਹ ਵੀ ਵੱਡਾ ਸਵਾਲ ਹੈ, ਕਿਉਂਕਿ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਮੀਤ ਹੇਅਰ ਦੋ ਵਾਰ ਇੱਥੋਂ ਵਿਧਾਇਕ ਚੁਣੇ ਜਾ ਚੁੱਕੇ ਨੇ। ਇਸ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਵਿਧਾਇਕ ਹੁੰਦੇ ਸਨ। ਇਹ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਹਲਕੇ ਦੀ ਤਾਂ ਇੱਥੇ ਕੁਲਵੰਤ ਸਿੰਘ ਕੀਤੂ, ਉਹ ਲੰਬੇ ਸਮੇਂ ਤੋਂ ਇੱਥੇ ਚੋਣ ਲੜ ਰਹੇ ਨੇ ਪਰ ਉਹਨਾਂ ਨੂੰ ਜਿੱਤ ਨਸੀਬ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਮਲਕੀਤ ਸਿੰਘ ਕੀਤੂ ਇੱਕ ਵਾਰ ਵਿਧਾਇਕ ਜਿਹੜੇ ਆ ਅਕਾਲੀ ਦਲ ਦੀ ਜਿਹੜੀ ਸੀਟ 'ਤੇ ਜਿੱਤੇ ਸਨ, ਉਹਨਾਂ ਤੋਂ ਪਹਿਲਾਂ ਉਹ ਆਜ਼ਾਦ ਵੀ ਇੱਕ ਵਾਰ ਚੋਣ ਜਿੱਤ ਚੁੱਕੇ ਸਨ, ਪਰ ਉਸ ਤੋਂ ਬਾਅਦ ਅਕਾਲੀ ਦਲ ਨੂੰ ਇੱਥੇ ਹੁਣ ਚੋਣਾਂ ਦੇ ਵਿੱਚ ਕਦੇ ਵੀ ਜਿੱਤ ਨਸੀਬ ਨਹੀਂ ਹੋਈ ਹੈ। ਅਤੇ ਗਿੱਦੜਬਾਹਾ ਦੇ ਵਿੱਚ ਵੀ ਰਾਜਾ ਵੜਿੰਗ ਤਿੰਨ ਵਾਰ ਵਿਧਾਇਕ ਜਿੱਤ ਚੁੱਕੇ ਸਨ, ਉਸ ਤੋਂ ਪਹਿਲਾਂ ਇੱਥੇ ਮਨਪ੍ਰੀਤ ਬਾਦਲ ਜ਼ਰੂਰ ਜਿੱਤਦੇ ਰਹੇ ਨੇ, ਪਰ ਹੁਣ ਇਸ ਦੋਵਾਂ ਹਲਕਿਆਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਇਹ ਵੱਡੀ ਜ਼ਿੰਮੇਵਾਰੀਆਂ ਐਲਾਨ ਦਿੱਤੀਆਂ ਨੇ। ਕੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਜ਼ਿੰਮੇਵਾਰੀਆਂ ਨੂੰ ਐਲਾਨਣ ਤੋਂ ਬਾਅਦ, ਵੱਡੇ ਲੀਡਰਾਂ ਨੂੰ ਜ਼ਿੰਮੇਵਾਰੀ ਦੇਣ ਤੋਂ ਬਾਅਦ ਇਹਨਾਂ ਦੋਵਾਂ ਹਲਕਿਆਂ ਦੇ ਵਿੱਚ ਜਿੱਤ ਦਰਜ ਕਰ ਸਕੇਗਾ? ਇਸ 'ਤੇ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਪਰ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰੀਕੇ ਦੇ ਨਾਲ ਇਹਨਾਂ ਚੋਣਾਂ ਤੋਂ ਪਹਿਲਾਂ ਹਾਲ ਹੋ ਰਿਹਾ ਹੈ, ਉਹ ਵੀ ਚੰਗਾ ਨਹੀਂ ਹੈ, ਕਿਉਂਕਿ ਅਕਾਲੀ ਦਲ ਦੀ ਵੱਡੀ ਮੁਸੀਬਤ ਵਧੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਜਿਹੜਾ ਤਨਖਾਹੀ ਇਕਰਾਰ ਵੀ ਦੇ ਦਿੱਤਾ ਗਿਆ, ਤਾਂ ਇੰਨੇ ਵੱਡੇ ਸੰਕਟ ਦੇ ਵਿੱਚ ਅਕਾਲੀ ਦਲ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ, ਇਸ 'ਤੇ ਵੀ ਨਜ਼ਰ ਬਣੀ ਰਹੇਗੀ।